ਸਬੰਧਤ ਹਜ਼ਾਰ ਤੋਂ ਵੱਧ ਨਵੇਂ ਰਜਿਸਟਰਡ ਵੈਬ ਡੋਮੇਨਸ ਹਨ ਕੰਪਨੀ ਨੇ ਕਿਹਾ ਹੈ ਕਿ ਉਹ ਉਹਨਾਂ ਡੋਮੇਨਾਂ ਦੇ ਵਿੱਚੋਂ 88 ਫੀਸਦੀ ਨੂੰ ਖਤਰਨਾਕ ਜਾਂ ਸ਼ੱਕੀ ਮੰਨਦੇ ਨੇ ਜਿਵੇਂ ਕਿ ਆਨਲਾਈਨ ਖਰੀਦਦਾਰ ਸਫਤੇ ਆਪਣੀ ਸਲਾਨਾ ਫਾਲ ਵਿਕਰੀ ਦੌਰਾਨ Amazon ਦੁਆਰਾ ਪੇਸ਼ ਕੀਤੀਆਂ ਗਈਆਂ ਬਾਰਗੇਨਸ ਦੀ ਭਾਲ ਕਰ ਰਹੇ ਨੇ ਅਜਿਹੇ ਦੇ ਵਿੱਚ ਸਾਈਬਰ ਸਿਕਿਉਰਿਟੀ ਖੋਜਕਰਤਾ ਕੈਨੇਡੀਅਨਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਉਹ ਤਕਨੀਕੀ ਦਿਖਾਵਾ ਜੋ ਪੇਸ਼ ਕਰਨ ਵਾਲੇ ਕਪਲੇਬਾਜ਼ਾਂ ਦੀ ਆਮਤੋਂ ਸਾਵਧਾਨ ਰਹਿਣ Checkpoint ਸੌਫਟਵੇਅਰ ਟੈਕਨੋਲੋਜੀ ਦੇ ਅਨੁਸਾਰ ਇੱਕ ਕੰਪਨੀ ਜੋ ਸਾਈਬਰ ਸੁਰੱਖਿਆ ਹੱਲ ਪੇਸ਼ ਕਰਦੀ ਹੈ ਮੰਗਲਵਾਰ ਤੇ ਬੁੱਧਵਾਰ ਨੂੰ ਹੋਣ ਵਾਲੇ Amazon ਦੇ Prime Big Days ਤੱਕ ਦੇ ਦਿਨਾਂ ਦੇ ਵਿੱਚ Amazon ਨਾਲ ਸੰਬੰਧਿਤ 1000 ਤੋਂ ਵੱਧ ਨਵੇਂ ਰਜਿਸਟਰਡ ਵੈਬ ਡੋਮੇਨਸ ਹਨ ਕੰਪਨੀ ਨੇ ਕਿਹਾ ਕਿ ਉਹ ਉਹਨਾਂ ਡੋਮੇਨਾਂ ਵਿੱਚੋਂ 88% ਨੂੰ ਖਤਰਨਾਕ ਜਾਂ ਸ਼ੱਕੀ ਮੰਨਦੇ ਨੇ ਜੋ ਸੁਝਾ ਦਿੰਦੇ ਨੇ ਕਿ ਉਹ ਕਮਜ਼ੋਰ ਖਪਤਕਾਰਾਂ ਦਾ ਸ਼ਿਕਾਰ ਕਰਨ ਦੇ ਲਈ ਘਟਾਲੇਬਾਜ਼ਾਂ ਦੁਆਰਾ ਸਥਾਪਿਤ ਕੀਤੇ ਜਾ ਸਕਦੇ ਨੇ ਤੇ ਹਰ 54 ਨਵੇਂ ਬਣੇ ਐਮਾਜ਼ੋਨ ਸੰਬੰਧਿਤ ਡੋਮੇਨ ਵਿੱਚੋਂ ਇੱਕ ਦੇ ਵਿੱਚ ਐਮਾਜ਼ੋਨ ਪ੍ਰਾਈਮ ਸ਼ਬਦ ਸ਼ਾਮਿਲ ਹੈ ਉਹ ਅਸਲ ਐਮਾਜ਼ੋਨ ਡੋਮੇਨ ਤੋਂ ਲਗਭਗ ਵੱਖਰਾ ਹੈ ਇਹਨਾਂ ਸਾਰੇ ਡੋਮੇਨਾਂ ਦੇ ਰਜਿਸਟਰਡ ਹੋਣ ਦੇ ਨਾਲ ਜੋ ਇੱਕੋ ਜਿਹੇ ਲੱਗਦੇ ਨੇ ਤੇ ਇਹ ਬਹੁਤ ਸਾਰੇ ਲੋਕਾਂ ਨੂੰ ਧੋਖਾ ਦੇ ਰਿਹਾ ਹੈ ਤੇ ਇਹੀ ਇਹਨਾਂ ਦਾ ਇਰਾਦਾ ਹੈ ਹੈਡ ਆਫ ਇੰਜੀਨੀਅਰਿੰਗ ਜਿਹੜੇ ਕਿ ਚੈੱਕ ਪੁਆਇੰਟ ਦੇ ਨੇ ਕੈਨੇਡਾ ਦੇ ਉਹਨਾਂ ਕਿਹਾ ਹੈ ਕਿ ਚੈੱਕ ਪੁਆਇੰਟ ਰਿਸਰਚ ਜਿਹੜਾ ਉਹ ਸਭ ਤੋਂ ਵੱਧ ਵੱਡੇ ਔਨਲਾਈਨ ਖਰੀਦਦਾਰੀ ਦਿਨਾਂ ਦੇ ਆਲੇ ਦੁਆਲੇ ਕੀਤੇ ਗਏ ਘੁਟਾਲਿਆਂ ਵਿੱਚ ਵਾਧਾ ਦੇਖਦੇ ਨੇ ਜਿਸ ਦੇ ਵਿੱਚ ਪ੍ਰਾਈਮ ਡੇਜ਼ ਵੀ ਸ਼ਾਮਿਲ ਨੇ ਉਹਨਾਂ ਕਹਿੰਦੇ ਕਿ ਚੈੱਕਪੁਆਇੰਟ ਰਿਸਰਚ ਸਾਲ ਭਰ ਦੇ ਵਿੱਚ ਵੱਡੇ ਆਨਲਾਈਨ ਖਰੀਦਦਾਰਾਂ ਦਿਨਾਂ ਦੇ ਆਲੇ ਦੁਆਲੇ ਕੀਤੇ ਗਏ ਘੁਟਾਲਿਆਂ ਵਿੱਚ ਵਾਧਾ ਦੇਖਦਾ ਜਿਸ ਵਿੱਚ ਪ੍ਰਾਈਮ ਡੇਜ਼ ਵੀ ਸ਼ਾਮਿਲ ਹੈ ਘੁਟਾਲੇ ਅਕਸਰ ਫਿਸ਼ਿੰਗ ਈਮੇਲਾਂ ਦੇ ਰੂਪ ਦੇ ਵਿੱਚ ਆਉਂਦੇ ਨੇ ਜੋ ਕਿ ਧੋਖੇਬਾਜ਼ ਸੁਨੇਹੇ ਹੁੰਦੇ ਨੇ ਜੋ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਦੇ ਵਿੱਚ ਇੱਕ ਨਾਮਵਰ ਸਰੋਤ ਜਾਪਦੇ ਨੇ ਇਸ ਮਾਮਲੇ ਵਿੱਚ ਉਹਨਾਂ ਕਹਿੰਦੇ ਕਿ ਐਮਾਜ਼ੋਨ ਦੇ ਵਜੋਂ ਪੇਸ਼ ਕਰਨ ਵਾਲੇ ਘੁਟਾਲੇਬਾਜ਼ ਆਮ ਤੌਰ ਤੇ ਅਪਰਾਧਕ ਸੌਦੇ ਪੇਸ਼ ਕਰਦੇ ਨੇ ਜੋ ਕਿ ਪ੍ਰਾਈਮ ਡੇਜ਼ ਨਾਲ ਜੁੜੇ ਜਾਪਦੇ ਨੇ ਤਾਂ ਜੋ ਪ੍ਰਾਪਤਕਰਤਾਵਾਂ ਨੂੰ ਇੱਕ ਖਤਰਨਾਕ ਲਿੰਕ ਤੇ ਕਲਿੱਕ ਕਰਨ ਲਈ ਪਰਮਾਇਆ ਜਾ ਸਕੇ ਸਾਈਬਰ ਸੁਰੱਖਿਆ ਫਰਮ ਨੇ ਕਿਹਾ ਹੈ ਕਿ ਉਸਨੇ ਪਿਛਲੇ 2 ਹਫਤਿਆਂ ਦੇ ਵਿੱਚ ਸੰਗਠਿਤ ਤੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ 100 ਵਿਲੱਖਣ Amazon Prime themed ਘੁਟਾਲੇਈ ਈਮੇਲਾਂ ਦੀ ਪਛਾਣ ਕੀਤੀ ਤੇ ਉਹਨਾਂ ਨੂੰ ਬਲੌਕ ਕੀਤਾ ਹੈ ਘੁਟਾਲੇਬਾਜ਼ ਬੇਲੋੜੀ ਕਾਲਾਂ ਦੇ ਨਾਲ ਪ੍ਰਾਈਮ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਨੇ ਤੁਰੰਤ ਖਾਤੇ ਦੇ ਮੁੱਦਿਆਂ ਦਾ ਦਾਵਾ ਕਰਦੇ ਨੇ ਤੇ ਭੁਗਤਾਨ ਜਾਣਕਾਰੀ ਦੀ ਬੇਨਤੀ ਕਰਦੇ ਨੇ ਤੇ ਇਹ ਉਹਨਾਂ ਲਈ ਕਰੀਮਸ ਟਾਈਮ ਹੈ ਲੋਕ ਪ੍ਰਾਈਮ ਡੇ ਤੇ ਮਹੱਤਵਪੂਰਨ ਬਚਤ ਹੋਣ ਦੀ ਉਮੀਦ ਕਰਦੇ ਨੇ ਇਸ ਲਈ ਉਹ ਹੈਰਾਨ ਨਹੀਂ ਹੁੰਦੇ ਕਿ ਉਹਨਾਂ ਨੂੰ ਕੋਈ ਮਹੱਤਵਪੂਰਨ ਕੀਮਤ ਦਿਖਾਈ ਦਿੰਦੀ ਹੈ Amazon ਦੀ ਵੈੱਬਸਾਈਟ ਬਹੁਤ ਸਾਰੇ ਰੈੱਡ ਫਲੈਗ ਦੀ ਸੂਚੀ ਦਿਖਾਉਂਦੀ ਹੈ ਜੋ ਗਾਹਕ ਨੂੰ ਸੰਭਾਵੀ ਨਕਲ ਕੋਟਾਲੇ ਦੀ ਪਛਾਣ ਕਰਨ ਲਈ ਦੇਖਣ ਦੀ ਸਿਫਾਰਿਸ਼ ਕਰਦੀ ਹੈ ਇਹਨਾਂ ਵਿੱਚੋਂ ਗਲਤ ਤਰੀਕੇ ਦੀ ਜ਼ਰੂਰਤ ਨਿੱਜੀ ਜਾਣਕਾਰੀ ਲਈ ਬੇਨਤੀਆਂ ਜਾਂ ਇਸ ਸੰਕੇਤ ਸ਼ਾਮਿਲ ਨੇ ਕਿ ਭੇਜਣ ਵਾਲਾ Amazon ਵੈੱਬਸਾਈਟ ਜਾਂ ਮੋਬਾਈਲ ਐਪ ਤੋਂ ਬਾਹਰ ਖਰੀਦ ਨੂੰ ਪੂਰਾ ਕਰਨਾ ਪਸੰਦ ਕਰਦਾ ਹੈ ਕੋਟਾਲੇ ਕਰਨ ਵਾਲੇ ਇਹ ਵੀ ਬੇਨਤੀ ਕਰ ਸਕਦੇ ਨੇ ਕਿ ਗਾਹਕ ਸਿਰਫ ਗਿਫਟ ਕਾਰਡ क्लेम कोड ਜਾਂ पिन ਦੇ ਨਾਲ ਭੁਗਤਾਨ ਕਰਨ ਲਈ ਕਹਿੰਦੇ ਨੇ ਕੰਪਨੀ ਦਾ ਕਹਿਣਾ ਹੈ ਕਿ ਕਿਸੇ ਅਚਾਨਕ ਆਈਟਮ ਦੇ ਲਈ ਆਰਡਰ ਜਾਂ ਡਿਲੀਵਰੀ ਬਾਰੇ ਕੋਈ ਵੀ ਸੂਚਨਾਵਾ ਵੀ ਇੱਕ ਸੰਕੇਤ ਨੂੰ ਵਧਾਰੀਆਂ ਨੇ Amazon ਬੁਲਾਰੀ ਨੇ ਕਿਹਾ ਹੈ ਕਿ ਵਿਅਸਤ ਖਰੀਦਦਾਰੀ ਪਾਲ ਦੇ ਦੌਰਾਨ ਅਸੀਂ ਗਾਹਕਾਂ ਦੁਆਰਾ ਰਿਪੋਰਟ ਕੀਤੇ ਨਕਲ ਦੇ ਘੁਟਾਲਿਆਂ ਵਿੱਚ ਵਾਧਾ ਦੇਖਦੇ ਹਾਂ ਅਸੀਂ ਖਪਤਕਾਰਾਂ ਦੀ ਸੁਰੱਖਿਆ ਤੇ ਲੋਕਾਂ ਨੂੰ ਘੁਟਾਲੇ ਤੋਂ ਬਚਣ ਬਾਰੇ ਜਾਗਰੂਕ ਕਰਨ ਲਈ ਨਿਵੇਸ਼ ਕਰਨਾ ਜਾਰੀ ਰੱਖਾਂਗੇ ਅਸੀਂ ਖਪਤਕਾਰਾਂ ਨੂੰ ਸਾਡੇ ਕੋਲ ਸ਼ੱਕੀ ਘੁਟਾਲਿਆਂ ਦੀ ਰਿਪੋਰਟ ਕਰਨ ਲਈ ਅਤੇ ਖਾਤਿਆਂ ਦੀ ਸੁਰੱਖਿਆ ਵੀ ਕਰ ਸਕੀਏ ਤੇ ਇਸ ਤੇ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਲਈ ਮਾੜੇ ਐਕਟਰਾਂ ਨੂੰ ਕਾਨੂੰਨ ਲਾਗੂ ਕਰਨ ਲਈ ਵੀ ਭੇਜ ਸਕੀਏ ਹਵਾਲੇ ਜਿੰਦਗੀ ਕਿਹਾ ਹੈ ਕਿ ਇਹ ਘੁਟਾਲੇ ਲੋਕਾਂ ਦੇ ਸੋਚਣ ਨਾਲੋਂ ਕਿਤੇ ਜ਼ਿਆਦਾ ਸਫਲ ਹੁੰਦੇ ਨੇ 30 ਜੂਨ ਤੱਕ ਕੈਨੇਡੀਅਨ ਐਂਟੀ ਫਰਾਡ ਸੈਂਟਰ ਨੇ ਕਿਹਾ ਹੈ ਕਿ ਇਸ ਸਾਲ ਹੁਣ ਤੱਕ ਧੋਖਾਧੜੀ ਕਾਰਨ ਡਾਲਰ 284 ਮਿਲੀਅਨ ਦਾ ਨੁਕਸਾਨ ਹੋਇਆ ਹੈ ਜਿਸ ਨਾਲ 15941 ਪੀੜਤ ਪ੍ਰਭਾਵਿਤ ਹੋਏ ਨੇ ਪਰ ਫੌਲਜ਼ਨ ਨੇ ਕਿਹਾ ਹੈ ਕਿ ਬਹੁਤ ਸਾਰੀਆਂ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਯੋਕੀ ਕੁਝ ਕੈਨੇਡੀਅਨ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਨਹੀਂ ਜਾਣਦੇ ਕਿ ਘੁਟਾਲੇ ਨੂੰ ਕਿਵੇਂ ਜਾਂ ਕਿੱਥੇ ਫਲੈਗ ਕਰਨਾ ਹੈ ਯਾ ਉਸ ਸ਼ਰਮਿੰਦਗੀ ਤੋਂ ਬਾਹਰ ਹੋਣ ਦੀ ਚੋਣ ਕਰ ਸਕਦੇ ਨੇ ਚੈੱਕਪੁਆਇੰਟ ਅਮਾਜ਼ੋਨ ਦੇ ਗਾਹਕਾਂ ਨੂੰ ਪ੍ਰਾਈਮ ਡੇਜ਼ ਤੇ ਖਰੀਦਦਾਰੀ ਕਰਨ ਵੇਲੇ ਸਾਵਧਾਨੀ ਵਰਤਣ ਦੀ ਸਿਫਾਰਿਸ਼ ਕਰਦੇ ਨੇ ਜਿਸ ਵਿੱਚ ਯੂਆਰਐਲ ਦੇ ਧਿਆਨ ਨਾਲ ਜਾਂਚ ਕਰਨਾ ਉਹਨਾਂ ਦੇ ਖਾਤਿਆਂ ਤੇ ਮਜ਼ਬੂਤ ਪਾਸਵਰਡ ਬਣਾਉਣਾ ਤੇ ਉਹਨਾਂ ਦੇ ਜਨਮ ਦਿਨ ਜਾਂ ਫਿਰ ਸੋਸ਼ਲ ਇਨਸ਼ੋਰੈਂਸ ਸੁਰੱਖਿਆ ਨੰਬਰ ਵਰਗੀ ਨਿੱਜੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਬਚਣਾ ਸ਼ਾਮਿਲ ਹੈ ਸਾਈਬਰ ਸੁਰੱਖਿਆ ਕੰਪਨੀ ਨੇ ਕਿਹਾ ਕਿ ਉਪਭੋਗਤਾਵਾਂ ਨੋ ਇਸ ਵੈਬਸਾਈਟ ਯੂਆਰਐਲ ਦੇ ਸ਼ੁਰੂ ਵਿੱਚ ਐਚਟੀਟੀਪੀਐਸ ਵੀ ਦੇਖਣਾ ਚਾਹੀਦਾ ਹੈ ਜੋ ਇੱਕ ਸੁਰੱਖਿਅਤ ਕਨੈਕਸ਼ਨ ਨੂੰ ਦਰਸਾਉਂਦਾ ਹੈ ਤੇ ਆਨਲਾਈਨ ਖਰੀਦਾਰੀ ਲਈ ਡੈਬਿਟ ਕਾਰਡਾਂ ਦੀ ਬਜਾਏ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਨਾ ਚਾਹੀਦਾ ਹੈ ਜੋ ਚੋਰੀ ਹੋਣ ਦੇ ਬਿਹਤਰ ਸੁਰੱਖਿਆ ਦੇ ਘੱਟ ਦੇਣਕਾਰੀ ਪ੍ਰਦਾਨ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ